भगवंत मान ती फिर ऐ पुछ लो आ सारा पिंड खड़ा भगवंत मान किदन दा आया साडे पिंड च बोलो जी दस दो सारा पिंड ही दस दो भी किदन आया फिर दस दो सारी दस दो भाई तुसी दस दो बिट्टू लोकसभा च एक भी गैर हाजरी नहीं हैगी। मोदी नु घेरिया किसी ने लोकसभा च किसी ने नहीं घेरिया कल भगवंत मान ने घेरिया थी ਉਦੋਂ ਪਹਿਲਾਂ ਉਹ ਬੀਜੇਪੀ ਚ ਸੀ ਫਿਰ ਅਕਾਲੀਆਂ ਚ ਵੀ ਆ ਗਏ ਭੱਠਣ ਨਾਲ ਵੀ ਆ ਗਏ ਹੁਣ ਝਾੜੂ ਚ ਆ ਗਏ ਹੁਣ ਤੁਸੀਂ ਕਿਹਨੂੰ ਜਿਤਾਉਣਾ ਚਾਹੁੰਦੇ ਹੋ ਅਸ ਤਾਂ ਵੀਰੇ ਕਿਸੇ ਨੂੰ ਨਹੀਂ ਪਾਉਂਦੇ ਜਿੱਤ ਜਾਂਦਾ ਬੰਦਾ ਮੈਂਬਰ ਵੀ ਨਹੀਂ ਛੱਡਦਾ ਕੱਲੇ ਉਹ ਜੱਟ ਨੇ ਲੋਕ ਸਭਾ ਚ ਕਿਹਾ ਸੀ ਕਹਿੰਦਾ ਮੈਂ ਜੇ ਮੈਨੂੰ ਕਿਸਾਨਾਂ ਤੇ ਨਹੀਂ ਬੋਲਣਾ ਤੇ ਮੈਂ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਇਹ ਖੜਾ ਹੋ ਗਿਆ ਇਹਨੂੰ ਕੀ ਸੀ ਕਾਰਨ ਵੀ ਬੀਬੀ ਨੂੰ ਵੋਟ ਪਈ ਇਹਨੂੰ ਕਿਸੇ ਨੇ ਪਾਉਣੀ ਕੀ ਲੱਗਦਾ ਇਸ ਗੱਲ ਸਾਹਿਬ ਬਿਲਕੁਲ 2.5 ਕਰੋੜ ਕੀ ਦੇ ਲਵਿਆ ਜੀ ਵਕੀਲ ਹੋਰ ਪਿੰਡਾਂ 'ਚ ਨਹੀਂ ਹੈਗੇ ਬੀਪੀ ਆਈ ਨਹੀਂ ਪਾਪਾ ਉੱਚ ਜਾਂ ਬੀਜੇਪੀ 'ਚ ਵੜ ਗਿਆ ਕਿ ਨਹੀਂ ਇਹ ਤਾਂ ਪੰਜਾਬ ਇੱਥੇ ਦਾ ਹੀ ਸੀ ਕਿ ਨਹੀਂ ਇਸ ਕੀ ਸਰਕਾਰ ਨਾ ਮਿਲਿਆ ਮੰਗ ਸਾਡਾ ਕੰਮ ਕਰਿਆ ਬੀਬੀ ਨੇ ਹੋਰ ਨਿੱਜੀ ਕੰਮ ਕਰਤਾ ਹੋ ਹਾਂ ਨਿੱਜੀ ਕੰਮ ਕਰਿਆ ਵੀਰੇ ਪਰਮਿੰਦਰ ਸਿੰਘ ਢੀਂਡਸਾ ਇਹਨਾਂ ਨੇ ਕੁਝ ਤੁਹਾਡੇ ਪਿੰਡ ਦਾ ਵਿਕਾਸ ਕੁਝ ਕੀਤਾ ਪਰਮਿੰਦਰ ਨੇ ਕਰਿਆ ਪਰ ਉਹ ਗਲਤ ਪਾਰਟੀ 'ਚ ਹੋ ਗਿਆ ਸਾਨੂੰ ਬੁਰਕੀਆਂ ਪਾ ਰਹੇ ਨੇ ਸਾਡਾ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਸਾਡਾ ਕਰਦੇ ਨਹੀਂ ਨਾ ਮੇਰੇ ਹਲਕੇ 'ਚ ਤਾਂ ਕੋਈ ਨਹੀਂ ਬਣਨਾ ਚਾਹੀਦਾ ਦੇਖੀ ਜਾਊ ਜਿਹੜਾ ਹਾਂ ਕੀ ਲੱਗਦਾ ਕੋਈ ਚੰਗਾ ਕੈਂਡੀਡੇਟ ਹੈਗਾ ਤੁਹਾਡੇ ਕੋਈ ਚੰਗਾ ਨਹੀਂ ਲੱਗਦਾ ਸਸਿਕਾਲ मैं सुखी मंगाणिया तुसी जुड़े हुए हो सरलेख दे नाल अज लहरा विधानसभा हल्के दे विच पहुँचे हुए हैं संगरूर जिले दे विच पैंदा है पिंड है भाई की पसौर बहुत सारे लोग मेरे नाल बैठे ने जानते हैं कि इस बार इत्थों दे लोग किहड़ी सरकार चाहुंदे ने कि इत्थों दे पिंड दा जिहड़ा विकास है इत्थों दी जिहड़ी समस्यावां ने वह हल हो चुकियां ने हो ही नहीं जी कोई कम ही नहीं होया कि भरोसा ही नहीं किसे ते कोई भरोसा नहीं ਜਿਹੜਾ ਤੁਹਾਡਾ ਪਿੰਡ ਹੈ ਇਹਦੀ ਕੋਈ ਸਮੱਸਿਆਵਾਂ ਜਿਹੜੀਆਂ ਬਾਕੀ ਤੁਹਾਨੂੰ ਲੱਗਦਾ ਵੀ ਆ ਸਮੱਸਿਆ ਸਾਡੇ ਪਿੰਡ ਦੀ ਲੰਮੇ ਸਮੇਂ ਲਟਕੀ ਪਈ ਹੈ ਸਾਡੇ ਜੀ ਸਕੂਲ ਬੰਦ ਪਏ ਨੇ ਲਟਕੀ ਹੋਏ ਨੇ ਸਾਰਾ ਕੰਮ ਵੀ ਸਾਰਾ ਠੱਪ ਹੈ ਸਾਡਾ ਸਕੂਲ ਕਿਹੜੀ ਕਲਾਸ ਤੱਕ ਹੈ 12ਵੀਂ ਤੱਕ ਹੈ ਉਹਦੇ 'ਚ ਮੁਲਾਜ਼ਮ ਕੋਈ ਨਹੀਂ ਹੁਣ ਹੋਇਆ ਉਹ ਵੀ ਮੁਲਾਜ਼ਮ ਕੋਈ ਨਹੀਂ ਹੈ ਤੁਹਾਡੇ ਹਲਕੇ ਨੂੰ ਮੁੱਖ ਮੰਤਰੀ ਤੱਕ ਮਿਲ ਗਏ ਵਿੱਤ ਮੰਤਰੀ ਮਿਲੇ ਨੇ ਕੀ ਲੱਗਦਾ ਵੀ ਰਜਿੰਦਰ ਕੌਰ ਭੱਠਲ ਪਰਮਿੰਦਰ ਸਿੰਘ ਢੀਂਡਸਾ ਇਹਨਾਂ ਨੇ ਕੁਛ ਤੁਹਾਡੇ ਪਿੰਡ ਦਾ ਵਿਕਾਸ ਕੁਛ ਕੀਤਾ ਪਰਮਿੰਦਰ ਨੇ ਕਰਿਆ ਪਰ ਉਹ ਗਲਤ ਪਾਰਟੀ 'ਚ ਹੋ ਗਿਆ ਉਹ ਤਾਂ ਕਰਕੇ ਉਹ ਹੋ ਗਿਆ ਹਾਂ ਕੰਮ ਤਾਂ ਕਰਿਆ ਕੰਮ ਤਾਂ ਢੀਂਡਸਾ ਨੇ ਫੁੱਲ ਕਰਿਆ ਕਿਹਦੀ ਸਰਕਾਰ ਚਾਹੁੰਦੇ ਹੋ ਇਸ ਵਾਰ ਫਿਰ ਆਸਰ ਤਾਂ ਅਸੀਂ ਤਾਂ ਪਾਵਾਂਗੇ ਢੀਂਡਸੇ ਨੂੰ ਹੀ ਪਾਵਾਂਗੇ ਵੋਟ ਕੰਮ ਕਰਿਆ ਉਹਨੇ ਬਾਕੀ ਹੋਰ ਕਿਸੇ ਨੇ ਨਹੀਂ ਕਿਸੇ ਕਰਿਆ ਅੱਪੂ ਜੀ ਕੀ ਨਾਮ ਹੈ ਆਪਣਾ ਜਗਰੂਪ ਸਿੰਘ ਹੈ ਜੀ ਕੀ ਲੱਗਦਾ ਵੀ ਪੰਜਾਬ ਦੇ ਵਿੱਚ ਕਿਸਦੀ ਸਰਕਾਰ ਆਉਣੀ ਚਾਹੀਦੀ ਹੈ ਕੀ ਪਤਾ ਜੀ ਸਾਰੇ ਝੂਠ ਬੋਲੀ ਜਾਂਦੇ ਨੇ ਆਹ ਕਰਾਂਗੇ ਆਹ ਕਰਾਂਗੇ ਹੁਣ ਬਾਦਲ ਖੁਰੀ ਕਹਿੰਦੇ ਵੀ 400 ਜੁਟ ਮਾਹੋ ਕਰਾਂਗੇ ਬਸ ਸਾਨੂੰ ਬੁਰਕੀਆਂ ਪਾ ਰਹੇ ਨੇ ਸਾਡਾ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਸਾਡਾ ਕਰਦੇ ਨਹੀਂ ਨਾ ਇਹ ਨਾ ਨੌਕਰੀ ਦਵਾਉਂਦੇ ਨੇ ਨਾ ਕੋਈ ਪਿੰਡਾਂ ਦਾ ਵਿਕਾਸ ਕਰਦੇ ਨੇ ਨਾ ਕੋਈ ਸਕੂਲ ਦਾ ਵਿਕਾਸ ਕਰਦੇ ਨੇ ਸਿਰਫ ਝੂਠ ਬੋਲੀ ਜਾਂਦਾ ਆਹ ਤੁਹਾਨੂੰ ਕਣਕ ਦੇਵਾਂਗੇ ਤੁਹਾਨੂੰ ਅਸੀਂ ਭੁੱਖੇ ਮਰਦੇ ਅਸੀਂ ਕਮਾ ਕੇ ਨਾ ਖਾਈਏ ਅਸੀਂ ਵਿਹਲੇ ਕਰਤੇ ਉਹਨਾਂ ਨੇ ਇਹ ਸਰਕਾਰਾਂ ਨੇ ਅਸੀਂ ਵਿਹਲੇ ਕਰਤੇ ਕਣਕ ਆ ਜਾਂਦੀ ਸਾਨੂੰ ਕੰਮ ਕਰਨ ਦੀ ਕੀ ਲੋੜ ਹੈ ਦਾਲ ਆ ਜਾਂਦੀ ਹੈ ਸਾਰਾ ਕੁਛ ਆ ਜਾਂਦਾ ਕੀ ਕੰਮ ਕਰਨ ਦੀ ਲੋੜ ਹੈ ਵਿਹਲੇ ਫਿਰਾਂਗੇ ਅਸੀਂ ਵਿਹਲੇ ਹੋਵਾਂਗੇ ਇਸ ਕਿਉਂ ਨਾ ਸਾਨੂੰ ਰੁਜ਼ਗਾਰ ਕਿਉਂ ਨਾ ਦੇਣ ਸਾਨੂੰ ਰੁਜ਼ਗਾਰ ਦਿੰਦੇ ਨਹੀਂ ਹਣੇ 5 ਸਾਲ ਹੁਣ ਸੱਤਾ ਦੇ ਵਿੱਚ ਕਾਂਗਰਸ ਪਾਰਟੀ ਸੀ ਤੁਹਾਡੇ ਪਿੰਡ ਦੀ ਗੱਲ ਕਰ ਲਈਏ ਤੁਹਾਡੇ ਹਲਕੇ ਦੀ ਗੱਲ ਕਰ ਲਈਏ ਕੀ ਕਾਂਗਰਸ ਪਾਰਟੀ ਦੇ ਕੰਮਾਂ ਕਾਰਾਂ ਤੋਂ ਖੁਸ਼ ਹੋ ਤੁਸੀਂ ਕੋਈ ਖੁਸ਼ ਨਹੀਂ ਕੋਈ ਖੁਸ਼ ਨਹੀਂ ਕਿਹੜੇ ਕੰਮ ਕਰੇ ਉਹਨਾਂ ਨੇ ਸਾਨੂੰ ਤਾਂ ਕੋਈ ਕੰਮ ਨਹੀਂ ਦਿੰਦਾ ਉਹਨਾਂ ਦਾ ਕਰਿਆ ਆ ਟੋਭੇ ਪੱਟ ਦੇ ਡੂੰਘੇ ਡੁੱਬਣ ਨੂੰ ਲੋਕਾਂ ਦੇ ਕੋਈ ਕੰਮ ਨਹੀਂ ਕਰੇ ਸਾਡੇ
कोई मुलाजमान पे कमीशन नहीं कर कोई कुछ नहीं कर किसी ने कोई मंगा नहीं दतिया कुछ नहीं करना मुख्यमंत्री चन्नी रहे ने साढ़े चार साल लगभग कैप्टन अमरिंदर सिंह मुख्यमंत्री रहे वो कहते भी घर घर चली गल चन्नी करदा मसले हल थोड़े सारे मसले हल हो गए ना जी बयान हुए ने बयाने हुए ने कोई कोई की बना की कहता असं पांच बार ले दे मैं प्लाट दे मैं किसी प्लाट नहीं दिता अप जे मतलब इन्हें मतलब घरों घर इन्हों नौ चढ़ जाएंगे कोई हो नौ नहीं चढ़े सैबलैट वाले ये तो इवें बयान ही ने तुहाडे हल्के दा एमएलए कौन हो गया की पता हूँ जो जितूगा लोग पाँगे मैं कहड़ा कला पाऊंगा वोट तुम्हें पूछना चाहते हैं भी तुम लगता भी आ चंगा कैंडीडेट हैगा यार किसी भी पार्टी का कौन ना हो कि सरकार चाहते हो पंजाब दे विच लोगों के दिमाग रही लोग कही जाते हैं कुछ तो कहना आम पार्टी को कह देने कुछ यू कम कह देने ये दूजी पार्टी जाबड़िया ढींडसा ढींडसा ने कम करे ने बहुत पहला पर दूजी पार्टी जाबड़िया जिन्हें सा कि चर असी साल भर उ सड़कों दिल्ली के गोडे रगड़ाए ने उन्होंने जा रलिया इस करके ढा मिल पेगी। हाँ जी सताल जी सताल की नाम है तुहाडा गुरचरण की लगता गुरचरण सिंह जी कि पंजाब दे विच जां तुहाडे लहरे हल्के तो कौन एम एल ए बने साढ़े लहरे हल्के तो कोई नहीं बनना चाहिए देखी जाऊ जो कोई हाँ कि लगता चंगा कैंडीडेट है जो थोड़े हल्के का विकास करूगा कोई चंगा नहीं साडे असीं यार रमदासीए जिहड़े जिमीदार ने उन्होंने तो दो दो हज़ार पा रहे ने सानू किसी नूं आना नहीं पाउंदे। अच्छा हाँ ये हुण सारे कही जांदे ने आना नहीं पाउंदे किसी नूं फिर सानू की चंगा लगता है। अकाली दल कहिंदे 2000 पा दांगे आम आदमी पार्टी कहते हजार हजार पा देंगे जो पाऊगा किसी नहीं पाँगा जमी किसी भी पाए भी साढ़े बारे की हड बढ़ता साढ़िया वोटा नहीं है कि नाम है थोड़ा समझना वोट पावे बस हाँ जी समझना वोट पावे। अच्छा जी की लगता कोई चंगा कैंडीडेट है तो कोई चंगा लगता अभी तो अभी समझना परची कह रहे कोई जितो कोई हारो। हाँ जी की लगता भी की सरकार चाहते हो पंजाब दे विच देखो जो कोई बेम नहीं होंगे है तो कहते हैं सरकार रल कुछ कर देने कुछ गल भी ठीक है भी ये ना सू कोई करजा दें देख ये जटा जिमीदार करजा देंगे ने इन्हें फिर माफ कर देने साढ़े की माफ करते हैं वो साढ़े कुछ नहीं करते आ मोदी 2000 पा देने सू तो दुआ नहीं पाई गई। की नाम तुहाडा जी? सुखविंदर सिंह जी। अच्छा सुखविंदर बड़े मिल रहे हैं सारे पिंड मेरा नाम भी सुखविंदर है जिहड़े पिंड जाना मैं एक सुखविंदर मिल जाता की लगता की सरकार बनाने जा रहे हो? कोई सरकार नहीं बनानी जी किसी नूं वोट नहीं पाउणी कोई कुछ नहीं करता सारे ठगां दीआं पार्टियां ने लारे ने बस सारे ऐलान ने कोई किसी नूं कुछ नहीं दिंदा। तुहाडे हल्के दे साबका मुख्यमंत्री रहे ने रजिंदर कौर पठल उस तो बाद परमिंदर सिंह ढींडसा खजाना मंत्री रहे ने इन्हां दे कम कार तो खुश हो सी? ना जी पठल ने तो कख भी नहीं करिया लहरे का शहर तो पिंड बनाता परमिंदर ढींडसा ने करिया पर गलत पासे वग गया हुण गलत पार्टी च वग गया। तुहाडे पिंड दी कीहड़ी समस्या जी लड़कियां होईयां ने? सारी समस्या ने जी बेरोजगारी है जवाकों नूं नौकरी नहीं मिलती किसी नूं कुछ नहीं मिलता सारिया लटकिया हुई। कैप्टन ने वादा करया सी घर घर नौकरी का उस तो बाद साढ़े चार साल उन्हें कख नहीं किया फिर इन्होंने चन्नी मुख्यमंत्री लिया कारगुजारी तो खुश हो? नहीं जी कोई खुश नहीं डाल नहीं कोई करता। तुहाडे पिंड च मिली है घर घर नौकरी? नहीं जी जमी मेरी एक नूं भी नहीं कोई नहीं कह सकता भी किसी नूं दित्ती होवे कोई नौकरी नहीं किसी नूं दित्ती। हुण फिर ढींडसा की पार्टी है जिहड़ी कैप्टन की पार्टी है उस तो बाद जिहड़ी भाजपा हैगी इन्हां तिन्ने गठजोड़ किया ये हुण फिर वादे कर रहे ने भी असीं ये सब कुछ कर देंगे सब झूठे वादे ने जी कोई कुछ नहीं करता बाकायदा सब झूठे ने बस लारे ने वोटां लैण दे लारे ने कोई कख नहीं करता किसी का लहरे हल्के का तो करी किसी ने कुछ नहीं ढींडसे ने थोड़ा जिहा करे ती उस तों बाद बस खत्म कम। आम आदमी पार्टी बारे की कहोगे? देखो जी कोई पता नहीं अजे अजे कोई पता नहीं जी। की नाम है? सतनाम सिंह बई। सतनाम सिंह की लगता कि पंजाब दे विच कितनी सरकार चाहते हो? केजरीवाल बई। केजरीवाल क्यों यार हूँ सारे देखने इदा ही लग रहा है हूँ भी वधिया काम करूगा बाकी देखो हूँ की बनता है अगे कि लगता इतने बई। की नाम है जी? अमरीत सिंह।
ਅਮਰੀਕ ਕੀ ਲੱਗਦਾ ਤੁਹਾਡੇ ਹਲਕੇ ਦਾ ਐਮਐਲਏ ਕੌਣ ਬਣੂਗਾ ਇਤਕੀ? ਕੋਈ ਨਹੀਂ ਵੀਰ, ਮੇਰੇ ਹਿਸਾਬ ਨਾਲ ਤਾਂ ਕੋਈ ਤਾਂ ਜਿੱਤੂਗਾ ਹੀ, ਜਿਹੜਾ ਮਰਜ਼ੀ ਵੋਟ ਚਾਹੇ ਪਾਓ ਚਾਹੇ ਨਾ ਪਾਓ, ਕਿਸੇ ਮੈਂ ਨੋਟ ਸਿਲੈਕਟ ਕਰਨੀ ਆ। ਤੁਸੀਂ ਕੈਂਡੀਡੇਟ ਵਧੀਆ ਨਹੀਂ ਹੈਗਾ, ਪੰਜਾਬ ਦੇ ਵਿੱਚ ਕਿਹੜੀ ਸਰਕਾਰ ਚਾਹੁੰਦੇ ਹੋ? ਭਗਵੰਤ ਮਾਨ ਦੀ। ਜੇ ਨੋਟਾਂ ਨੂੰ ਕਰੀ ਜਾਣੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਬਣਾਈ ਜਾਂਦੇ, ਕੈਂਡੀਡੇਟ ਨਹੀਂ ਵਧੀਆ, ਕੀ ਕਮੀ ਹੈ? ਸਾਨੂੰ ਜਸਵੀਰ ਸਿੰਘ ਕੋਲ ਨਹੀਂ ਚਾਹੀਦਾ ਸੀ। ਅੱਛਾ ਜੀ, ਨਾਰਾਜ਼ ਹੋ? ਨਾਰਾਜ਼ ਹਾਂ, ਪਾਰਟੀ ਦਾ ਨਾਰਾਜ਼। ਤੁਹਾਨੂੰ ਮਨਾਉਣ ਨਹੀਂ ਆਇਆ ਯਾਰ? ਇਹ ਨਹੀਂ ਨਹੀਂ। ਕੀ ਨਾਮ ਵੀਰੇ? ਅਜੇ ਕੁਮਾਰ ਬਾਈ। ਅਜੇ ਕੁਮਾਰ, ਕੀ ਲੱਗਦਾ ਪੰਜਾਬ ਦੇ ਵਿੱਚ ਕੀ ਸਰਕਾਰ ਹੋਣੀ ਚਾਹੀਦੀ ਹੈ? ਆਪ ਦੀ। ਆਪ ਹੀ ਕਿਉਂ? ਆਪ ਬਈ ਦਿੱਲੀ 'ਚ ਦੇਖ ਲਾ ਕਿੰਨੇ ਕੰਮ ਕਰਨੇ ਆਪਣੇ, ਪੂਰੇ ਵੀ ਕਰਨਗੇ, ਬਾਕੀ ਸਾਨੂੰ ਭਗਵੰਤ ਮਾਨ 'ਤੇ ਯਕੀਨ ਆ। ਇਮਾਨਦਾਰ ਬੰਦਾ ਭਗਵੰਤ ਮਾਨ ਬਾਈ। ਚੰਨੀ ਕਹਿੰਦਾ ਮੈਂ ਵੀ ਇਮਾਨਦਾਰ ਹਾਂ, ਕਹਿੰਦਾ ਉਹਦੇ ਮਾਮੇ ਦਾ ਘਰ ਮੈਂ ਵੀਡੀਓ ਅੱਜ ਹੁਣ ਦੇਖ ਕੇ ਆ ਬਾਈ, ਉਹਦੇ ਮਾਮੇ ਦੇ ਘਰ ਦੀਆਂ ਛੱਤਾਂ ਡਿੱਗੀਆਂ ਪਈਆਂ ਨੇ, ਫਿਰ ਆਪਦੇ ਮਾਮੇ ਦਾ ਘਰ ਬਣਵਾ ਦੇਗਾ ਚੰਨੀ। ਹੋਰ ਹੁਣ ਇਹ ਪਾਰਖੀ ਆ ਵੀਡੀਓ, ਪਤਾ ਨਹੀਂ ਕਿਹਨੇ ਪਾਈ ਹੋਈ ਹੈਗੀ ਨੈੱਟ 'ਤੇ। ਅਜੇ ਕੀ ਲੱਗਦਾ ਜਿਹੜੀ ਕਾਂਗਰਸ ਪਾਰਟੀ ਹੁਣ ਸੱਤਾ ਦੇ ਵਿੱਚ ਗਈ ਹੈ, ਉਹਦੇ ਕੰਮ ਕਾਰ ਤੋਂ ਸੰਤੁਸ਼ਟ ਹੋ? ਨਹੀਂ ਨਹੀਂ ਜੀ, ਉਹਨਾਂ ਨੇ ਕੰਮੇ ਨਹੀਂ ਕਰੇ, ਕੋਈ ਕੰਮ ਨਹੀਂ ਕਰੇ, ਨਾ ਗੇੜਾ ਦਿੱਤਾ। ਤੁਹਾਡੇ ਪਿੰਡ ਦੇ ਵਿੱਚ ਰਜਿੰਦਰ ਕੌਰ ਭੱਠਲ, ਪਰਮਿੰਦਰ ਸਿੰਘ ਢੀਂਡਸਾ ਜਿਹੜੇ ਹੁਣ ਕੈਂਡੀਡੇਟ ਨੇ, ਵਿੱਤ ਮੰਤਰੀ ਵੀ ਰਹੇ ਨੇ, ਤੁਹਾਡੇ ਪਿੰਡ 'ਚ ਆਉਂਦੇ ਜਾਂਦੇ ਰਹੇ ਨੇ? ਨਹੀਂ ਨਹੀਂ, ਬਿਲਕੁਲ ਵੀ ਨਹੀਂ ਆਏ, ਵੋਟਾਂ ਤੋਂ ਬਾਅਦ ਤਾਂ ਦਿਖੀ ਨਹੀਂ ਹੈਗੇ ਸਾਨੂੰ। ਤੁਹਾਡੇ ਪਿੰਡ 'ਚ ਕੁਛ ਕੀਤਾ ਇਹਨਾਂ ਨੇ? ਨਹੀਂ ਨਹੀਂ, ਕੁਛ ਨਹੀਂ ਕੀਤਾ, ਆਪ ਦੇਖਾਂਗੇ ਹੁਣ, ਆਪ ਕਰੂਗੀ। ਭਾਈ ਕੀ ਪਸੌਰ ਬੱਸ ਸਟੈਂਡ ਤੋਂ ਬਾਅਦ ਸੱਥ ਵਿੱਚ ਪਹੁੰਚੇ ਹਾਂ, ਬਹੁਤ ਸਾਰੇ ਲੋਕ ਮੇਰੇ ਨਾਲ ਖੜ੍ਹੇ ਨੇ। ਬਾਈ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਅਮਨਦੀਪ ਸਿੰਘ। ਪਹਿਲਾਂ ਮੈਂ ਗੱਲ ਕਰਾਂ ਤੁਹਾਡੇ ਪਿੰਡ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਉਹ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੇ, ਅਤੇ ਤੁਹਾਨੂੰ ਕੀ ਲੱਗਦਾ ਵੀ ਕਿਹਦੇ ਕਰਕੇ ਲਟਕੀ ਗਏ ਉਹ? ਸਾਡੇ ਪਿੰਡ ਦੀਆਂ ਮੇਨ ਸਮੱਸਿਆਵਾਂ ਦੇਖੋ ਜੀ, ਪਹਿਲੀ ਆਪਾਂ ਨੂੰ ਪਤਾ ਹੀ ਹੈ, ਬੇਰੁਜ਼ਗਾਰੀ, ਨੌਜਵਾਨ ਜਮਾਂ ਬੇਰੁਜ਼ਗਾਰ ਫਿਰਦੇ ਨੇ। ਦੂਜੀ ਸਕੂਲਾਂ ਦੀ ਪੜ੍ਹਾਈ ਜਾਂਦੀ ਹੈ, ਸਕੂਲ ਬੰਦ ਪਏ ਨੇ, ਠੇਕੇ ਖੁੱਲ੍ਹੇ ਨੇ, ਆਪਾਂ ਨੂੰ ਸਭ ਨੂੰ ਪਤਾ, ਸਾਰੇ ਪੰਜਾਬ ਦੇ ਕਾਲਜ ਸਕੂਲ ਬੰਦ ਨੇ, ਠੇਕੇ ਖੁੱਲ੍ਹੇ ਨੇ, ਸ਼ਰਾਬਾਂ ਆਮ ਚੱਲ ਰਹੀਆਂ ਨੇ। ਬਾਕੀ ਜਿਹੜੀਆਂ ਹੁੰਦੀਆਂ ਨੇ ਮੇਨ ਸਮੱਸਿਆਵਾਂ ਤਾਂ ਇਹੀ ਹੈ, ਰੁਜ਼ਗਾਰ ਬੇਰੁਜ਼ਗਾਰੀ ਕਰਕੇ, ਸਾਰੀ ਦਿੱਕਤ ਬੇਰੁਜ਼ਗਾਰੀ ਕਰਕੇ ਹੈ। ਜੇ ਨੌਜਵਾਨ ਨੂੰ ਰੁਜ਼ਗਾਰ ਹੋਵੇ ਤਾਂ ਖੁਦ ਬੰਦਾ ਆਪਦਾ ਕੰਮ ਸਾਰੇ ਆਪ ਕਰ ਸਕਦਾ। ਕੀ ਜੀ ਸਰਕਾਰ ਚਾਹੁੰਦੇ ਇਸ ਵਾਰ? ਸਰਕਾਰ ਤਾਂ ਦੇਖੋ ਹੁਣ ਆਪਾਂ ਨੂੰ ਪਤਾ ਹੈ, ਹਨੇਰੀ ਚੱਲ ਰਹੀ ਹੈ ਝਾੜੂ ਵਾਲਿਆਂ ਦੀ ਜੀ, ਸਾਰਾ ਪੰਜਾਬ ਇਹ ਆਮ ਆਦਮੀ ਪਾਰਟੀ ਵੱਲ ਹੋਇਆ ਖੜਿਆ, ਅਤੇ ਸਾਡੇ ਪਿੰਡੋਂ ਵੀ ਲਗਭਗ ਸਾਰੀ ਵੋਟ ਝਾੜੂ ਵਾਲਿਆਂ ਨੂੰ ਪੈਣੀ ਹੈ ਜੀ। ਤੁਹਾਡੇ ਪਿੰਡ ਦਾ ਕੀ ਮਾਹੌਲ ਹੈ? ਜਸਵੀਰ ਸਿੰਘ ਕੁਦਨੀ ਨਾਰਾਜ਼ ਚੱਲ ਰਹੇ ਨੇ, ਟਿਕਟ ਦਿੱਤੀ ਗਈ ਵਰਿੰਦਰ ਗੋਇਲ ਜੀ ਨੂੰ, ਟਿਕਟ ਦਿੱਤੀ ਗਈ ਹੈ, ਕੀ ਲੱਗਦਾ ਤੁਹਾਡੇ ਪਿੰਡ ਦੇ ਲੋਕ ਕੀ ਸੋਚਦੇ ਨੇ? ਨਹੀਂ ਉਹ ਤਾਂ ਚਲੋ ਪਾਰਟੀ ਨੇ ਜਿਹਨੂੰ ਦਿੱਤੀ ਹੈ, ਲੋਕ ਤਾਂ ਪਾਰਟੀ ਨਾਲ ਨੇ, ਅਗਲਾ ਨੂੰ ਪਤਾ ਲੋਕਾਂ ਨੂੰ ਵੀ ਆਮ ਆਦਮੀ ਪਾਰਟੀ ਨੇ ਅੱਗੇ ਕੰਮ ਕਰਨੇ ਨੇ, ਚੰਗੇ ਕੰਮ ਕਰਨੇ ਨੇ, ਉਹਦਾ ਕੋਈ ਮੈਟਰ ਨਹੀਂ। ਜਸਵੀਰ ਕੁਦਨੀ ਚੋਣ ਨਹੀਂ ਟਿਕਟ ਮਿਲੀ ਤਾਂ ਨਹੀਂ, ਅਤੇ ਹੁਣ ਵਕੀਲ ਸਾਹਿਬ ਨੂੰ ਟਿਕਟ ਮਿਲੀ ਸਾਡੀ ਹਲਕੇ ਤੋਂ, ਲੋਕ ਸਾਰੇ ਉਹਨਾਂ ਨਾਲ ਨੇ। ਕੀ ਨਾਮ ਬਾਈ ਜੀ? ਬਿੱਟੂ ਜੀ। ਬਿੱਟੂ ਸਿੰਘ, ਤੁਹਾਨੂੰ ਤੁਹਾਡੇ ਹਲਕੇ ਨੂੰ ਖੁਸ਼ਕਿਸਮਤੀ ਰਹੀ ਕਿ ਤੁਹਾਡੇ ਹਲਕੇ ਨੂੰ ਮੁੱਖ ਮੰਤਰੀ ਮਿਲੇ ਨੇ, ਵਿੱਤ ਮੰਤਰੀ ਮਿਲੇ ਨੇ, ਕੀ ਲੱਗਦਾ ਵੀ ਤੁਹਾਡੇ ਪਿੰਡਾਂ ਦਾ ਜਿਹੜਾ ਵਿਕਾਸ ਹੈ, ਖਾਸ ਕਰ ਤੁਹਾਡੇ ਪਿੰਡ ਦਾ ਵਿਕਾਸ ਹੋ ਗਿਆ, ਉਸ ਤੋਂ ਬਾਅਦ ਕਾਂਗਰਸ ਸਰਕਾਰ ਆਉਂਦੀ ਹੈ, ਚੰਨੀ ਕਰਦਾ ਹੈ ਨਾ ਮਸਲੇ ਹੱਲ, ਸਾਰੇ ਮਸਲੇ ਹੱਲ ਹੋਗੇ ਤੁਹਾਡੇ? ਬਿਲਕੁਲ ਨਹੀਂ ਜੀ, ਜੇ ਸਾਡੇ ਹਲਕੇ ਨੂੰ ਮੁੱਖ ਮੰਤਰੀ ਮਿਲਿਆ ਤੀ ਇੱਕ ਦਿਨ 'ਚ ਵੀ ਕੰਮ ਕਰ ਸਕਦਾ, ਫਿਰ ਮੁੱਖ ਮੰਤਰੀ ਨੇ ਜੇ ਕੰਮ ਕਰਾਈ ਤਾਂ ਹੀ ਹੁਣ ਹੱਥ ਬੰਨ ਕੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ, ਜੇ ਕੰਮ ਕਰੇ ਹੋਏ ਹੁੰਦੇ ਹੱਥ ਬੰਨਣ ਦੀ ਲੋੜ ਨਹੀਂ ਤੀ। ਹੁਣ ਦਿੱਲੀ ਦੇ ਵਿੱਚ ਕੇਜਰੀਵਾਲ ਨੂੰ ਲਾ ਲਓ, ਉਹਨੇ ਕੀ ਨਾਰਾ ਦਿੱਤਾ ਤੀ, ਇਹੀ ਕਿਹਾ ਤੀ ਵੀ ਜੇ ਮੈਂ ਕੰਮ ਕਰੇ ਨੇ ਤਾਂ ਮੈਨੂੰ ਵੋਟ ਪਾਇਓ, ਨਹੀਂ ਕੋਈ ਲੋੜ ਨਹੀਂ ਵੋਟ ਪਾਉਣ ਦੀ, ਜੇ ਕੰਮ ਕਰੇ ਹੋਏ ਹੁੰਦੇ ਤਾਂ ਪੂਰੀਆਂ ਦੇ ਲੰਗਰ ਨਹੀਂ ਤੀ ਲਾਉਣੇ ਪੈਂਦੇ, ਕੰਮ ਨੂੰ ਵੋਟਾਂ ਪੈਂਦੀਆਂ। ਪਰਮਿੰਦਰ ਸਿੰਘ ਢੀਂਡਸਾ, ਪੂਰਾ ਪੰਜਾਬ, ਪੂਰੀ ਦੁਨੀਆ ਦੇ ਲੋਕ, ਕਿਰਤੀ ਕਿਸਾਨ ਮਜ਼ਦੂਰ ਲੋਕ ਦਿੱਲੀ ਬੈਠੇ ਰਹੇ ਨੇ, ਪਰਮਿੰਦਰ ਸਿੰਘ ਢੀਂਡਸਾ ਨੇ ਭਾਜਪਾ ਦੇ ਨਾਲ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਨਾਲ ਸਮਝੌਤਾ ਕੀਤਾ, ਗੱਠਜੋੜ ਕੀਤਾ, ਕੀ ਇਹ ਸਹੀ ਹੋਇਆ? ਕੀ ਤੁਹਾਡੇ ਪਿੰਡ ਦੇ ਲੋਕ ਜਾਂ ਤੁਸੀਂ ਪਰਮਿੰਦਰ ਸਿੰਘ ਢੀਂਡਸਾ ਬਾਰੇ ਕੀ ਸੋਚਦੇ ਹੋ? ਢੀਂਡਸਾ ਨੇ ਕੰਮ ਕਰੇ ਤੇ ਬਾਈ ਪੈਸਾ ਬਹੁਤ ਦਿੱਤਾ ਸੀ, ਪਰ ਜਿਹੜਾ ਹੁਣ ਉਹ ਕਾਤਲ ਪਾਰਟੀ ਨਾਲ ਰਲ ਗਿਆ, ਅਸੀਂ ਸਾਲ ਤੋਂ ਉੱਤੇ ਦਿੱਲੀ ਧਰਨੇ 'ਤੇ ਬੈਠ ਕੇ ਆਇਆ ਉੱਥੇ, ਪਰ ਇਹਨਾਂ ਨੇ ਆਪਦੀਆਂ ਕੁਰਸੀਆਂ ਦੀ ਖਾਤਰ ਬੀਜੇਪੀ ਨਾਲ ਸਮਝੌਤਾ ਕੀਤਾ। ਇਹਨਾਂ ਜਿਹੜਾ 750 ਕਿਸਾਨ ਸਾਡਾ ਸ਼ਹੀਦ ਹੋਇਆ, ਉਹ ਸ਼ਹੀਦੀਆਂ ਦੀ ਤਾਂ ਇਹਨਾਂ ਨੇ ਕੋਈ ਕਦਰ ਨਹੀਂ ਪਾਈ ਨਾ, ਸਿਰਫ ਇਕੱਲਾ ਆਪਦੇ ਲਾਲਚ ਨੂੰ ਕੁਰਸੀ ਪਿੱਛੇ, ਕੁਰਸੀ ਪਿੱਛੇ ਇਹ ਬੀਜੇਪੀ ਦੇ ਨਾਲ ਸਮਝੌਤਾ ਕਰਿਆ, ਅਤੇ ਇਹ ਹੋਣਾ ਨਹੀਂ ਚਾਹੀਦਾ ਸੀ। ਅਤੇ ਜਿਹੜੇ ਸਾਡੇ ਹੁਣ ਮੇਰੀ ਗੱਲ 750 ਕਿਸਾਨ ਸ਼ਹੀਦ ਹੋਇਆ, ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਪੁੱਛੋ, ਸਿਰਫ ਇਹਨਾਂ ਨੇ ਕੁਰਸੀ ਖਾਤਰ ਹੀ ਸਭ ਕੁਛ ਕੀਤਾ, ਹੋਰ ਇਹਨਾਂ ਨੂੰ ਕੋਈ ਕਿਸੇ ਦੀ ਕਦਰ ਨਹੀਂ। ਕੀ ਚਾਹੁੰਦੇ ਹੋ ਪੰਜਾਬ ਦੇ ਵਿੱਚ ਕਿਹਦੀ ਸਰਕਾਰ ਆਊਗੀ? ਹੁਣ ਤੁਹਾਨੂੰ ਪਤਾ ਹੀ ਆ, ਹਨੇਰੀ ਤਾਂ ਝਾੜੂ ਝਾੜੂ ਦੀ ਯਾਰੀ ਆ, ਹੈ ਝਾੜੂ ਫਿਰ ਗਿਆ, ਲਹਿਰੇ ਦੀ ਗੰਦਗੀ ਸਾਫ਼ ਹੋ। ਤੁਹਾਡੇ ਪਿੰਡ ਦੇ ਜਿਹੜੇ ਮਸਲੇ ਨੇ ਉਹ ਸਾਰੇ ਹੱਲ ਹੋ ਗਏ? ਨਾ, ਹੋਏ ਨਹੀਂ। ਮੈਂ ਤਾਂ ਬੋਲੀ। ਕੀ ਨਾਮ ਹੈ ਤੁਹਾਡਾ ਜੀ? ਗੁਰਮੇਲ ਸਿੰਘ ਜੀ। ਗੁਰਮੇਲ ਸਿੰਘ ਜੀ, ਤੁਹਾਡਾ ਪਿੰਡ ਦੀਆਂ ਸਮੱਸਿਆਵਾਂ ਕੀ ਨੇ?
ਸਾਡੇ ਪਿੰਡ ਦੀਆਂ ਸਮੱਸਿਆਵਾਂ ਇਹੀ ਨੇ ਜੀ, ਇਸ ਤਰ੍ਹਾਂ ਝਾੜੂ ਨੂੰ ਜਿੱਤਿਆ ਕੇ ਰਾਜੀਆਂ ਨੂੰ ਫੁੱਲੋ ਫੁੱਲ, ਇਹ ਸਾਰੀਆਂ ਸਰਕਾਰਾਂ ਵੱਢ ਕੇ ਖਾ ਗਈਆਂ, ਜ਼ਿਮੀਂਦਾਰਾਂ ਨੂੰ ਕੋਈ ਨਹੀਂ ਛੱਡਿਆ ਇਹਨਾਂ ਨੇ, ਨਾ ਗਰੀਬ ਨਾ ਅਮੀਰ ਕੁਛ ਨਹੀਂ, ਹੁਣ ਝਾੜੂ ਫੇਰਾਂਗੇ। ਤੁਸੀਂ ਕਹਿੰਦੇ ਹੋ ਹੱਲ ਮਸਲੇ ਹੱਲ ਨਹੀਂ ਹੋਏ, ਘਰ ਘਰ ਚੱਲੀ ਗੱਲ, ਚੰਨੀਗੜ ਦਾ ਮਸਲੇ ਹੱਲ, ਕਾਂਗਰਸ ਸਰਕਾਰ ਨੇ ਸਾਰੇ ਮਸਲੇ ਹੱਲ ਤਾਂ ਕਰਤੇ, ਕਿੱਥੋਂ ਕਰਤੇ ਜੀ, ਇਹ ਤਾਂ ਆਪਾਂ ਆਪਦੇ ਪਿੰਡ ਨਾਲ ਬੀਬੀ ਹੋ ਜਾਂਦੇ ਖੜੀ, ਇਹ ਤਾਂ ਸਾਰੀ ਉਮਰ ਦੀ ਖੜੀ ਰਹੀ ਹੈ ਕਿ ਨਹੀਂ, ਕਰੀਏ ਗੇ ਤੁਸੀਂ ਖੜੇ ਰੱਖਦੇ ਹੋ ਜਿਤਾਉਂਦੇ ਹੋ ਤੁਸੀਂ ਉਹਨਾਂ ਨੂੰ, ਪੂਰੀ ਹੋ ਗਈ ਡੇਗਣੀ ਚਾਹੀਦੀ, ਤਾਂ ਐਂ ਚੱਲੀ ਜਾਂਦਾ ਕੰਮ, ਇਹਦਾ ਸਰਕਾਰ ਸਾਨੂੰ ਕੁਛ ਨਹੀਂ ਦਿੱਤਾ, ਸਾਨੂੰ ਇੱਥੇ ਨਾਰਾ ਇੱਕ ਮਾਰਦੇ ਝਾੜੂ ਦਾ, ਜਿੱਤ ਪ੍ਰਾਪਤ ਕਰਾਂਗੇ, ਲੈ ਕੇ ਜਾਵਾਂ ਫੁੱਲ। ਕਿਸਾਨ ਵਾਲੀ ਪਾਰਟੀ ਦਾ ਕੀ ਬਣੂਗਾ, ਤੁਹਾਨੂੰ ਕੀ ਲੱਗਦਾ ਕਿਵੇਂ ਜੀ, ਜਿਹੜੇ ਕਿਸਾਨ ਚੋਣਾਂ ਲੜਨ, ਕਿਸਾਨਾਂ ਨੇ ਇਹਨੂੰ ਜੜਾਵਾਂਗੇ ਨਾਲ, ਝਾੜੂ ਵਾਲਾ ਸਾਡੇ ਨਾਲ ਜੁੜੂ। ਹਾਂਜੀ ਨਹੀਂ, ਜਿਹੜੀ ਕਿਸਾਨਾਂ ਦੀ ਪਾਰਟੀ ਚੋਣਾਂ ਲੜ ਰਹੀ ਹੈ ਉਹਨਾਂ ਨੇ ਸਹੀ ਕੀਤਾ ਨਾ ਜੀ, ਨਾ ਬਹੁਤ ਗਲਤ, ਬਹੁਤ ਗਲਤ, ਸਿਆਸੀ ਲੋਕ ਹੋ ਗਏ ਹੋ, ਨੌ ਮਰਾਦ ਹੋ ਗਏ, ਸਾਡੇ ਕਿੰਨੇ ਹੋ ਗਏ, ਦੇਸ਼ ਕਿੰਨੇ ਤਾਂ ਜਾਣੀ ਜਾਣਾ ਸੀ, ਉਹ ਸਾਰੇ ਇੱਕੋ ਗੱਲ ਕਹਿੰਦੇ ਨੇ ਕਿਸਾਨਾਂ ਦੇ ਮਸਲੇ ਅਸੀਂ ਹੱਲ ਕਰਾਂਗੇ, ਨਹੀਂ ਜੀ ਉਹ ਤਾਂ ਆਪੇ ਗਏ, ਹੱਲ ਤਾਂ ਕੀ ਕਰਨਗੇ, ਜਿੱਤੂ ਰਾਜੇਵਾਲ ਕਿਹੜਾ ਜੀ, ਰਾਜੇਵਾਲੇ ਪੈ ਦੇਣੀ, ਇੱਕ ਵੋਟ ਵੀ ਨਹੀਂ ਪੈਂਦੀ, ਇੱਕ ਵੀ ਗਰੰਟੀਆਂ ਨੇ ਸਾਡੀਆਂ, ਇੱਕ ਵੋਟ ਵੀ ਨਹੀਂ, ਅਸੀਂ ਝਾੜੂ ਜਿੰਦਾਬਾਦ ਕਰਾਂਗੇ। ਕੀ ਲੱਗਦਾ ਇਸ ਵਾਰ ਕਿਹਦੀ ਸਰਕਾਰ ਚਾਹੁੰਦੇ ਹੋ? ਅਸੀਂ ਝਾੜੂ ਦੀ। ਝਾੜੂ ਦੀ ਕਿਉਂ ਚਾਹੁੰਦੇ ਹੋ? ਹਾਂਜੀ ਪਹਿਲਾਂ ਕੁਛ ਨਹੀਂ ਕਰਿਆ ਜੀ, ਲਟੇਰਾ ਪਾਰਟੀ ਆਏ ਗਏ ਜਿਹੜੇ ਮੂਹਰਲੇ ਬੰਦੇ ਤੇ ਜੀ, ਉਹਨਾਂ ਤੋਂ ਆਪੇ ਲੈ ਲੈ ਝੋਲੇ ਭਰ ਲਏ, ਕਰਿਆ ਪਿੰਡ ਦਾ ਕੱਖ ਨਹੀਂ ਜੀ ਉਹਨਾਂ ਨੇ, ਗੱਲ ਤਾਂ ਆ ਜੀ, ਮੈਂ ਇਹਨਾਂ ਨੇ ਵੀ ਨਾ ਕੀਤਾ ਕੁਛ, ਫਿਰ ਨਾ ਕੀਤਾ ਵੀ ਫਿਰ ਅਗਲੀ ਵਾਰ ਬਦਲ ਦਾਂਗੇ, ਐਤਕੀ ਤਾਂ ਕਰਾਂਗੇ ਇਹਨਾਂ ਨੂੰ, ਐਤਕੀ ਤਾਂ ਇਹਨਾਂ ਨੂੰ ਕਰਾਂਗੇ ਜੀ, ਚਾਹੇ ਕਰਨ ਨਾ ਕਰਨ ਉਹ ਇਹਨਾਂ ਦੀ ਮਰਜ਼ੀ ਹੈ ਜੀ। ਅੱਛਾ ਕੈਂਡੀਡੇਟ ਨੂੰ ਲੈ ਕੇ ਨਾਰਾਜ਼ਗੀ ਚੱਲੀ ਲੈ ਰਹੇ ਹਲਕੇ ਦੇ ਵਿੱਚ, ਹਾਂ ਕਾਫੀ ਰੌਲਾ ਪਿਆ ਵੀ ਕੁਦੇ ਨੂੰ ਟਿਕਟ ਨਹੀਂ ਮਿਲੀ ਹੈਗੀ, ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਉਹਦਾ ਟਿਕਟ ਤਾਂ ਜੀ ਸਿਆਸੀ ਪਾਰਟੀਆਂ ਦਾ ਸਾਨੂੰ ਇੰਨਾ ਪਤਾ ਨਹੀਂ ਜੀ, ਤਾਂ ਗੱਲ ਸਿੱਧੀ ਹੈ ਜੀ, ਜੇ ਤਾਂ ਇਹ ਕੰਮ ਕਰਨਗੇ ਤਾਂ ਝਾੜੂ ਨੂੰ ਅਗਲੀ ਵਾਰ ਬਿਨਾਂ ਪੁੱਛੇ ਬਣਾ ਦਾਂਗੇ, ਨਹੀਂ ਫਿਰ ਇਹਨਾਂ ਲੋਟ ਫਰੀ ਜਾਵੇ। ਕੀ ਲੱਗਦਾ ਵੀ ਐਮਸੀ ਦਾ? ਮੈਂ ਭਤੀਜਾ ਕਾਂਗਰਸ ਪਾਰਟੀ 'ਚ ਦੀ ਨੀਟੋ ਐਮਸੀ ਪੱਠਲ ਦੇ ਖਾਸ ਨੇ। ਪੱਠਲ ਦੇ ਖਾਸ ਨੇ ਕੀ, ਜਿਹੜੇ ਕਾਂਗਰਸ ਨੇ ਕੰਮ ਕਾਜ ਕੀਤੇ ਉਦੋਂ ਸੰਤੁਸ਼ਟ ਹੋ? ਨਹੀਂ ਵੀਰੇ। ਕਿਉਂ? ਕਿਉਂਕਿ ਕਾਰਨ ਵੀਰੇ ਇੱਕ ਗੱਲ ਤਾਂ ਆਪ ਪਤਾ ਕੀ ਆ, ਪਿੰਡ 'ਚ ਦੋ ਧੜੇਬਾਜ਼ੀਆਂ ਨੇ, ਇੱਕ ਬੰਦਾ ਕੰਮ ਕਰਦਾ ਦੂਜਾ ਕਰਨ ਨਹੀਂ ਦਿੰਦਾ, ਉੱਥੇ ਕੀ ਵੀ ਜੇ ਕਾਂਗਰਸ ਨੇ ਕੰਮ ਕਰਾਤਾ ਤਾਂ ਅਕਾਲੀਆਂ ਦੀ ਫੱਟੀ ਪੁੱਛ ਜੂ। ਪਿੰਡ ਦੀ ਗੱਲ ਨਾ ਕਰੀਏ, ਸਮੁੱਚੇ ਪੰਜਾਬ ਦੀ ਗੱਲ ਕਰੀਏ, ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਘਰ ਘਰ ਨੌਕਰੀ ਮਿਲ ਗਈ, ਤੁਹਾਡੇ ਪਿੰਡ ਦੇ ਵਿੱਚ ਘਰ ਘਰ ਨੌਕਰੀ ਮਿਲ ਗਈ? ਨਹੀਂ ਵੀਰੇ। ਉਸ ਤੋਂ ਬਾਅਦ ਹੁਣ ਕਿਸੇ ਨੂੰ ਨਹੀਂ ਮਿਲੀ ਵੀਰੇ ਕੈਪਟਨ ਦੀ ਪਾਰਟੀ ਤੋਂ? ਪਹਿਲਾਂ ਵੀਰੇ ਵਕੀਲ ਜੀ ਕਿਹੜੀ ਪਾਰਟੀ 'ਚ ਦੀ, ਗੋਇਲ ਜੀ ਕਿਹੜੀ ਪਾਰਟੀ 'ਚ ਦੀ, ਤੁਸੀਂ ਦੱਸੋ ਲੈ ਰਿਹਾ ਕਿ ਲੋਕ ਤੁਸੀਂ ਤੁਸੀਂ ਕੀ ਸੋਚਦੇ ਹੋ? ਤੁਹਾਨੂੰ ਤੁਹਾਨੂੰ ਅਸੀਂ ਜਿੱਥੋਂ ਵੀ ਆਏ ਹਾਂ, ਦੇਖੋ ਅਸੀਂ ਤੁਹਾਡੀ ਜਾਣਕਾਰੀ ਲੈਣ ਵਾਸਤੇ ਆਏ ਹਾਂ ਵੀ ਤੁਸੀਂ, ਤੁਹਾਨੂੰ ਕੀ ਲੱਗਦਾ, ਤੁਸੀਂ ਖੁਸ਼ ਹੋ? ਸਾਰੀ ਜਾਣਕਾਰੀ ਪ੍ਰਾਪਤ ਕਰਦੇ ਹੋਗੇ, ਤੁਹਾਨੂੰ ਵੀ ਪਤਾ ਹੋਊਗਾ ਵੀ ਕਿੱਥੋਂ ਨੇ ਗੋਇਲ ਜੀ, ਕਿੱਥੋਂ ਨੇ ਲੈ ਰਹੇ ਤੁਹਾਨੂੰ, ਉਹ ਪੱਠਲ ਦੇ ਨਾਲ ਹੀ ਤੀ ਖਾਸ ਤੀ, ਇਸ ਤੋਂ ਬਾਅਦ ਹੁਣ ਉਹ ਇੱਧਰ ਆ ਗਏ, ਪਹਿਲਾਂ ਬੀਜੇਪੀ 'ਚ ਤੀ ਵੀਰੇ, ਤੁਹਾਨੂੰ ਵੀ ਪਤਾ, ਮੈਨੂੰ ਤੁਹਾਡੇ ਤੁਸੀਂ ਵੱਡੇ ਹੋ ਮੇਰੇ ਨਾਲੋਂ, ਠੀਕ ਹੈ, ਇਸ ਤੋਂ ਪਹਿਲਾਂ ਉਹ ਬੀਜੇਪੀ 'ਚ ਤੀ, ਫਿਰ ਅਕਾਲੀਆਂ 'ਚ ਵੀ ਆ ਗਏ, ਪੱਠਲ ਨਾਲ ਵੀ ਆ ਗਏ, ਹੁਣ ਝਾੜੂ 'ਚ ਆ ਗਏ। ਹੁਣ ਤੁਸੀਂ ਕਿਹਨੂੰ ਜਿਤਾਉਣਾ ਚਾਹੁੰਦੇ ਹੋ? ਅਸੀਂ ਤਾਂ ਵੀਰੇ ਕਿਸੇ ਨੂੰ ਨਹੀਂ ਪਾਉਂਦੇ, ਹੋਰ ਬੋਲ, ਠੀਕ ਹੈ ਨਾ, ਅਸੀਂ ਕਿਹਦੀ ਸਰਕਾਰ ਚਾਹੁੰਦੇ ਹੋ? ਪਾਉਂਦੇ ਭਗਵੰਤ ਮਾਨ ਤੀ ਵੀਰੇ, ਐਂ ਪੁੱਛ ਲਓ, ਆਹ ਸਾਰਾ ਪਿੰਡ ਖੜਿਆ, ਭਗਵੰਤ ਮਾਨ ਕਿੱਦਣ ਦਾ ਆਇਆ ਸਾਡੇ ਪਿੰਡ 'ਚ, ਬੋਲੋ ਜੀ, ਦੱਸ ਦਿਓ, ਸਾਰਾ ਪਿੰਡ ਹੀ ਦੱਸ ਦਿਓ ਵੀ ਕਿੱਦਣ ਆਇਆ ਵੀਰੇ, ਦੱਸ ਦਿਓ ਸਾਰੀ, ਦੱਸ ਦਿਓ ਬਾਈ, ਤੁਸੀਂ ਦੱਸ ਦਿਓ ਬਿੱਟੂ, ਉਹਦੀ ਲੋਕ ਸਭਾ 'ਚ ਇੱਕ ਵੀ ਗੈਰ ਹਾਜ਼ਰੀ ਨਹੀਂ ਹੈਗੀ, ਉਰੇ ਬਾਹਰ ਨਹੀਂ, ਕੋਈ ਇੱਕ ਮੈਂਬਰੀ ਜਿੱਤ ਜਾਂਦਾ ਬੰਦਾ ਮੈਂਬਰੀ ਵੀ ਨਹੀਂ ਛੱਡਦਾ, ਇਕੱਲੇ ਉਹ ਜੱਟ ਨੇ ਲੋਕ ਸਭਾ 'ਚ ਕਿਹਾ ਸੀ, ਕਹਿੰਦਾ ਮੈਂ ਜੇ ਮੈਨੂੰ ਕਿਸਾਨਾਂ 'ਤੇ ਨਹੀਂ ਬੋਲਣਾ ਤਾਂ ਮੈਂ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ, 13 MP 'ਤੇ 12 ਕਿੱਧਰ ਵੱਗ ਗਏ 'ਤੇ, ਬੋਲਿਆ ਕੋਈ? ਮੋਦੀ ਨੂੰ ਘੇਰਿਆ ਕਿਸੇ ਨੇ ਲੋਕ ਸਭਾ 'ਚ? ਕਿਸੇ ਨੇ ਨਹੀਂ ਘੇਰਿਆ, ਇਕੱਲੇ ਭਗਵੰਤ ਮਾਨ ਨੇ ਘੇਰਿਆ ਸੀ, ਤੁਹਾਨੂੰ ਪਤਾ, ਵੀਡੀਓ ਦੇਖੋ ਸਾਰੀਆਂ, ਉਹਨੇ ਕਿਹਾ ਸੀ, ਕਹਿੰਦਾ ਮੈਨੂੰ, ਮੈਂ ਅਸਤੀਫਾ ਦੇ ਦੇਣਾ ਆਪਦੀ ਮੈਂਬਰਸ਼ਿਪ ਤੋਂ ਜਿਹੜੀ ਸਾਡੇ ਕਿਸਾਨਾਂ ਦੇ ਹੱਕ 'ਚ ਨਹੀਂ ਬੋਲਣ ਦਿੰਦੀ, ਇਕੱਲੇ ਉਹ ਬੰਦੇ ਨੇ ਕਿਹਾ ਸੀ, ਬਾਕੀ 13 MP 'ਤੇ 12 ਵਕੀਲ ਨੂੰ ਆਹ ਪੈਸੇ ਦਿੱਤੇ ਆ ਭਰਾਵਾ, 2 ਲੱਖ ਸਵਾ 2.5 ਕਰੋੜ 'ਚ ਵੋਟ ਵਿਕੀ ਹੈ ਇਹਦੀ, ਠੀਕ ਹੈ ਨਾ, ਇਹ ਖੜਾ ਹੋ ਗਿਆ, ਇਹਨੂੰ ਕੀ ਦੀ ਕਾਰਨ ਵੀ ਬੀਬੀ ਨੂੰ ਵੋਟ ਪੈ ਜੂਗੀ, ਇਹਨੂੰ ਕਿਸੇ ਨੇ ਪਾਉਣੀ ਨਹੀਂ। ਕੀ ਲੱਗਦਾ ਇਸ ਗੱਲ ਸਾਹਿਬ? ਬਿਲਕੁਲ 2.5 ਕਰੋੜ ਕੀ ਦੇ ਲਵਿਆ ਜੀ, ਵਕੀਲ ਹੋਰ ਪਿੰਡਾਂ 'ਚ ਨਹੀਂ ਹੈਗੇ, 2.5 ਕਰੋੜ ਕਿਹੜੇ ਵਕੀਲ ਲਵਿਆ ਲਾ, ਸਾਬਤ ਕਰੋ, ਹੁਣ ਵੀ ਪਤਾ ਲੱਗ ਜੂਗਾ ਵੀ ਭਾਈ ਕਿਹੜੇ ਵਕੀਲ ਲਵੇ 2.5 ਕਰੋੜ ਰੁਪਇਆ, ਜੇ ਉਹਦੇ ਲਵੇ 2.5 ਕਰੋੜ ਹੋਵੇ, ਇਹਨਾਂ 'ਚ ਲੋੜ ਕੀ ਤੇ ਆਉਣ ਦੀ? ਪਤਾ ਕਰ ਲਈ ਵੀ ਪਸੌਰ 'ਚੋਂ ਕਿੰਨੀ ਕੁ ਵੋਟ ਨਿਕਲਦੀ ਆ, ਇਹ ਕੀ ਘਰੇ ਜੰਮੀ ਦੀ ਕਾਂਗਰਸ ਇਹਨਾਂ ਦੇ, ਭਗਵੰਤ ਮਾਨ ਆਇਆ ਨੀ, ਬੀਬੀ ਨੇ ਕਿਹੜਾ ਉਹਦੇ ਮੂੰਹ ਦਿਖਾਇਆ ਬੀਬੀ ਨੇ ਵੀ ਨੀ, ਅਸੀਂ ਤਾਂ ਇਕੱਲੇ ਹੀ ਰੱਖਿਆ ਭਗਵੰਤ ਮਾਨ ਜਿੰਦਾ, ਜਾਣਦੇ ਤਾਂ ਹੈਗੇ, ਸਾਡਾ ਕੰਮ ਕਰਿਆ ਬੀਬੀ ਨੇ, ਹੋਰ ਨਿੱਜੀ ਕੰਮ ਕਰਤਾ ਹੋਊ, ਹਾਂ
ਠੀਕ ਆ ਆਪਾਂ ਲਹਿਰੇ ਤਾਂ ਹੈਗੀ ਆ ਲਹਿਰੇ ਤਾਂ ਆਉਂਦੀ ਆ ਭਗਵੰਤ ਮਾਨ ਤਾਂ ਹੀ ਨਹੀਂ ਨਾ ਲਹਿਰੇ ਨਾ ਲਹਿਰੇ ਨਹੀਂ ਬਾਈ ਆ 15 ਦਿਨਾਂ ਦੀ ਆ 10,000 ਰੁਪਇਆ ਕਿਰਾਇਆ ਲੈ ਕੇ ਚੰਡੀਗੜ੍ਹ ਜਾਣਾ ਪੈਂਦਾ ਮਾੜੇ ਜੇ ਕੰਮ ਪਿੱਛੇ ਚੰਡੀਗੜ੍ਹ ਜਾਣਾ ਪੈਂਦਾ ਕਿਰਾਇਆ ਲਾ ਕੇ ਇੱਕ ਦਿਨ ਵੀ ਨਹੀਂ ਤੇਰੇ ਫੋਟੋਆਂ ਪਿੱਛੇ ਨਹੀਂ ਅਸੀਂ ਕਿਸੇ ਨਾਲ ਇੱਕ ਦਿਨ ਵੀ ਨਹੀਂ ਤੇਰੇ ਬਾਈ ਕਹਿ ਰਹੇ ਨੇ ਵੀ ਭਾਈ ਕੀ ਪਸੌਰ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਵੋਟ ਨਿਕਲਣੀ ਨਹੀਂ ਹੈਗੀ ਮੈਂ ਕਹਿੰਦਾ ਯਾਰ ਜਿੰਨੀਆਂ ਪਾਰਟੀਆਂ ਨੇ ਕੱਲੀ ਆਮ ਆਦਮੀ ਪਾਰਟੀ ਦੀ ਵੋਟ ਆ ਤੁਹਾਨੂੰ ਪਤਾ ਲੱਗ ਜੂ 12 ਮਾਰਚ ਤੋਂ ਬਾਅਦ ਹੈ ਇਹਨਾਂ ਨੂੰ 2-2 200 ਵੋਟ ਨਹੀਂ ਪੈਂਦੇ 2-200 ਵੋਟ ਨਹੀਂ ਪੈਂਦੀ ਅੱਜ ਪੱਠਲ ਨਹੀਂ ਆਪਣੀ ਘਰ ਦੀ ਕੋਈ ਢੀਡਸਾ ਨਹੀਂ ਆਪਦੇ ਘਰ ਦਾ 12 ਮਾਰਚ ਤੋਂ ਬਾਅਦ ਠੀਕ ਆ ਪਸੌਰ 'ਚ ਪਤਾ ਲੱਗ ਜੂਗਾ ਵੀ ਕਿੰਨੀ ਫੋਟੋ ਆਉਂਦੀ ਆ ਕਿੰਨੀ ਵੋਟ ਆਉਂਦੀ ਆ ਬੀਬੀ ਆਈ ਨਹੀਂ ਪਾਪਾ ਉੱਚ ਜਾਂ ਬੀਜੇਪੀ ਚ ਵੜ ਗਿਆ ਕਿ ਨਹੀਂ ਇਹ ਤਾਂ ਪੰਜਾਬ ਇੱਥੇ ਦਾ ਹੀ ਸੀ ਨਹੀਂ ਐਤਕੀ ਸਰਕਾਰ ਨੇ ਮੀ ਲਿਆ ਮੰਗ ਯਾਰ ਜਿਹੜਾ ਹੁਣ ਉਹੀ ਬੰਦਾ ਝਾੜੂ ਚ ਵੀ ਐਂ ਕਹੀ ਜਾਂਦਾ ਵੀ ਮੇਰੇ ਮਗਰ ਵੋਟਾਂ ਨੇ ਆ ਤਾਂ ਪੁੱਛ ਲਓ ਵੀ ਮਗਰ ਮੇਰੇ ਕਿੰਨੀਆਂ ਕਿ ਨੇ ਠੀਕ ਹੈ ਨਾ ਉਹਦਾ 12 ਮਾਰਚ ਤੋਂ ਬਾਅਦ ਬਈ ਪਤਾ ਲੱਗ ਜਾਣਾ ਕਿਹੜੇ ਪਿੰਡ ਚੋਂ ਕਿੰਨੀ ਪੈਂਦੀ ਆ ਕਿਹੜੇ ਚੋਂ ਕਿੰਨੀ ਪੈਂਦੇ ਆ ਪੈਣਗੇ ਮੈਂ ਵੀ ਉਰੀ ਆ 1200 ਵੋਟ ਤੋਂ ਪਲੱਸ ਜਾਵਾਂਗੇ ਬਈ 12 ਮਾਰਚ ਤੋਂ ਬਾਅਦ ਪਤਾ ਲੱਗ ਜੂ ਪਿਛਲੀ ਵਾਰ ਝਾੜੂ ਨੂੰ 1438 ਵੋਟਾਂ ਪੈਂਦੇ ਕਾਂਗਰਸ ਨੂੰ 434 ਵੋਟਾਂ ਦੀਆਂ ਸਾਡੇ ਪਿੰਡ ਚੋਂ ਕਿੰਨੀਆਂ ਲਿਕੜੀਆਂ ਤੁਸੀਂ ਆਪ ਸਹਿਮਤੀ ਹੈ ਇਸ ਤੋਂ ਬਾਅਦ ਹੁਣ ਪਤਾ ਲੱਗ ਜੂ ਵੀ ਕਿੰਨੀਆਂ ਲਿਕੜਨਗੀਆਂ ਕਿੰਨੀ ਵੋਟ ਆ ਤੁਹਾਡੇ ਪਿੰਡ ਦੀ ਸਾਡੇ ਪਿੰਡ ਦੀ 2900 ਵੋਟ ਹੈ ਕਿੰਨੀ ਕੁ ਭੁਗਤ ਜਾਂਦੀ ਹੈ ਸਾਡੇ 2700 ਵੋਟ ਭੁਗਤੀ ਦੀ ਪਿਛਲੀ ਵਾਰ ਮੈਂ ਸਿਰਫ ਤੁਹਾਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਡੇ ਹਰੇਕ ਪਿੰਡ ਜਾਂਦੇ ਹਾਂ ਅਸੀਂ ਹਰੇਕ ਪਿੰਡ ਦੀਆਂ ਆਪਣੀਆਂ ਸਮੱਸਿਆਵਾਂ ਨੇ ਸਿਰਫ ਮੈਨੂੰ ਇੰਨਾ ਕੁ ਜਾਣਕਾਰੀ ਦੇ ਦਿਓ ਕਿ ਜਿਹੜੇ ਤੁਹਾਡੇ ਪਿੰਡ ਦੇ ਚਾਹੇ ਐਜੂਕੇਸ਼ਨ ਦਾ ਹੋਵੇ ਚਾਹੇ ਬੇਰੁਜ਼ਗਾਰੀ ਦਾ ਹੋਵੇ ਗਲੀਆਂ ਨਾਲੀਆਂ ਦਾ ਵਿਕਾਸ ਉਲਝਿਆ ਹੋਇਆ ਉਹ ਸਦਾ ਉਲਝਿਆ ਰਹਿਣਾ ਹੈ ਠੀਕ ਹੈ ਜਿਹੜੇ ਤੁਹਾਡੇ ਪਿੰਡ ਦੇ ਮਸਲੇ ਨੇ ਉਹ ਹੱਲ ਹੋ ਗਏ ਉਹ ਚਾਹੇ ਕਿਸੇ ਨੇ ਵੀ ਕਰੇ ਨੇ ਮਸਲੇ ਹੱਲ ਹੋਏ ਨੇ ਸਾਡੇ ਪਿੰਡ ਦਾ ਪਲੱਸ 2 ਤੱਕ ਦਾ ਸਕੂਲ ਬਣਿਆ ਪੁਸ਼ਪਿੰਦਰ ਸਿੰਘ ਸਰਪੰਚ ਆ ਸਾਡੇ ਪਿੰਡ ਦਾ ਉਹਦੀ ਮਿਹਨਤ ਸਦਕਾ ਬਣਿਆ ਅਤੇ ਹੋਰ ਡਿਸਪੈਂਸਰੀ ਬਣੀ ਆ ਸਾਡੇ ਪਿੰਡ ਦੀ ਪਾਰਕ ਬਣਿਆ ਪਰ ਜਿਹੜੇ ਮੇਨ ਮਸਲੇ ਹੁੰਦੇ ਨੇ ਇਹ ਬਣ ਗਏ ਕਿਹੜੀ ਕਾਂਗਰਸ ਨੇ ਕਹਿੰਦੇ ਨੇ ਵੀ ਕਾਂਗਰਸ ਦਾ ਕਿਸੇ ਦਾ ਰੌਲਾ ਪੈ ਜੇ ਸਾਨੂੰ ਤਾਂ ਆਈ ਨਹੀਂ ਪਤਾ ਲੱਗਦਾ ਵਿੱਚੋਂ ਕੋਈ ਕਹਿੰਦਾ ਆਹ ਝਾੜੂ ਵਾਲਾ ਬਈ ਆਹ ਕਾਂਗਰਸ ਵਾਲਾ ਆਈ ਫੜਾਉਂਦੀ ਫਿਰੀ ਜਾਂਦੇ ਨੇ ਪਿੰਡ ਦੇ ਵਿੱਚ ਸਿਆਸੀ ਲੀਡਰ ਨੇ ਜਿਹੜੇ ਉਹ ਹੋਣੇ ਚਾਹੀਦੇ ਨੇ ਵੀ ਸਿੱਧੀ ਝਾੜੂ ਦੀ ਨਿਰਪੱਖ ਸਰਕਾਰ ਆਵੇ ਜੇ ਕਿਸੇ ਲੋਕਾਂ ਨੂੰ ਪਿੰਡਦਿਆਂ ਨੂੰ ਫਾਇਦਾ ਹੋਵੇ ਸਕੂਲ ਦਾ ਇਹਨਾਂ ਦਾ ਸਕੂਲ ਦਾ ਹੋ ਗਿਆ ਮੈਡੀਕਲ ਦਾ ਹੋ ਗਿਆ ਲੋਕ ਦੋਏ ਚੀਜ਼ਾਂ 'ਚ ਲੁੱਟ ਰਹੇ ਨੇ ਪੰਜਾਬ ਦੇ ਮੈਡੀਕਲ 'ਚ ਵੀ ਲੁੱਟ ਰਹੇ ਨੇ ਅਤੇ ਸਕੂਲਾਂ 'ਚ ਵੀ ਲੁੱਟ ਰਹੇ ਨੇ ਫੀਸਾਂ ਨਜਾਇਜ਼ ਜਵਾਕ ਬਾਹਰ ਹਾਂ ਤੁਹਾਡੇ ਨਾਲ ਬੁਲਾਡਾ ਹਲਕਾ ਪੈਂਦਾ ਬੁਲਾਡੇ ਹਲਕੇ ਦੇ ਲੋਕ ਇਸ ਗੱਲ ਦੀ ਉਮੀਦ ਲਾਈ ਬੈਠੇ ਨੇ ਕਿ ਜੇ ਤਾਂ ਜਿੱਤ ਗਿਆ ਆਮ ਆਦਮੀ ਪਾਰਟੀ ਵਾਲਾ ਫਿਰ ਤਾਂ ਕਹਿੰਦੇ ਬੁਧਰਾ ਬਣ ਜੂ ਪ੍ਰਿੰਸੀਪਲ ਜਿਹੜਾ ਸਿੱਖਿਆ ਮੰਤਰੀ ਹੈ ਜੇ ਕਹਿੰਦੇ ਜਿੱਤ ਗਿਆ ਅਕਾਲੀ ਦਲ ਫਿਰ ਕਹਿੰਦੇ ਉਹ ਡਾਕਟਰ ਨੇਗੇ ਉਹ ਕਹਿੰਦੇ ਸਿਹਤ ਮੰਤਰੀ ਬਣ ਜੂ ਅਤੇ ਤੀਸਰੇ ਕੈਂਡੀਡੇਟ ਨੇ ਕਾਂਗਰਸ ਦੇ ਡਾਕਟਰ ਰਣਵੀਰ ਕੌਰ ਮੀਆਂ ਉਹ ਵੀ PhD ਨੇ ਕਹਿੰਦੇ ਉਹ ਵੀ ਅੱਗੇ ਮੰਤਰੀ ਬਣਦੇ ਜਾਂ ਸਿੱਖਿਆ ਮੰਤਰੀ ਬਣਨ ਦੇ ਚਾਂਸ ਨੇ ਤੁਹਾਡੇ ਹਲਕੇ ਨੂੰ ਤਾਂ ਵਿੱਤ ਮੰਤਰੀ ਮਿਲੇ ਨੇ ਤੁਹਾਡੇ ਹਲਕੇ ਨੂੰ ਮੁੱਖ ਮੰਤਰੀ ਮਿਲੇ ਨੇ ਕੀ ਤੁਹਾਨੂੰ ਲੱਗਦਾ ਵੀ ਐਡੇ ਐਡੇ ਅਹੁਦੇ 'ਤੇ ਬੈਠ ਕੇ ਤੁਹਾਡੇ ਹਲਕੇ ਨੂੰ ਉਹ ਚੀਜ਼ਾਂ ਮਿਲ ਗਈਆਂ ਜਿਹੜੀਆਂ ਲੋਕ ਉਮੀਦ ਕਰਦੇ ਸੀ ਨਹੀਂ ਸਾਨੂੰ ਨਹੀਂ ਮਿਲਿਆ ਬਾਈ ਨਹੀਂ ਜਮੀ ਨਹੀਂ ਮਿਲੀ ਕੁਛ ਵੀ ਨਹੀਂ ਮਿਲਿਆ ਹੁਣ ਮੈਂ ਤੁਹਾਡੇ ਪਿੰਡਾਂ ਪਿੱਛੇ ਕਿਹੜਾ ਪਿੰਡ ਰੋੜੇ ਵਾਲਾ ਇੱਕ ਪਿੰਡ ਰੋੜੇ ਵਾਲਾ ਸ਼ਾਇਦ ਤੁਹਾਡੇ ਨਾਲ ਹੁਣ ਉੱਥੇ ਗਏ ਆ ਉੱਥੋਂ ਦੇ ਲੋਕ ਇੱਕ ਪਿੰਡ ਹੈ ਪਿੱਛੇ ਦਿੜਬੇ ਹਲਕੇ ਦਾ ਹਰੀਗੜ੍ਹ ਪਿੰਡ ਹੈ ਹੁਣ ਉੱਥੇ ਗਏ ਆ ਉੱਥੇ ਸਕੂਲ ਪ੍ਰਾਇਮਰੀ ਨੇ ਉੱਥੋਂ ਦੀਆਂ ਧੀਆਂ ਭੈਣਾਂ ਸਾਡੇ ਜਿਹੜੇ ਨੌਜਵਾਨ ਬੱਚੇ ਨੇਗੇ ਉਹ ਕਿਸੇ ਹੋਰ ਪਿੰਡ ਪੜ੍ਹਨ ਜਾਂਦੇ ਨੇ ਅਤੇ ਰਸਤੇ 'ਚ ਪੈਂਦੀ ਹੈ ਇੱਕ ਠੀਕ ਹੈ ਕੁੱਤੇ ਵਗੈਰਾ ਪੈਂਦੇ ਨੇ ਉਹ ਵੜਦੇ ਨੇ ਉਹਨਾਂ ਨੂੰ ਹੱਡਾ ਰੋੜੀ ਪੈਂਦੀ ਹੈ ਰੋੜੀ ਪੈਂਦੀ ਹੈ ਤੇ ਲੋਕ ਤੰਗ ਨੇ ਬਈ ਸਾਡੇ ਪਿੰਡ ਵੀ ਪਹਿਲਾਂ ਉੱਥੇ ਠੇਕਾ ਤੀਗਾ ਕੁੜੀਆਂ ਜਾਂਦੀਆਂ ਦੀਆਂ ਕੌਰੀ ਉਹ ਵੀ ਹੌਲੀ ਹੌਲੀ ਐਡਜਸਟਮੈਂਟ ਹੋਈ ਆ ਸਾਡੇ ਪਿੰਡ ਦੀ ਹਜੇ ਹੋ ਰਹੀ ਹੈ ਇਹ ਤਾਂ ਹਰ ਇੱਕ ਪਿੰਡ 'ਚ ਹੀ ਪ੍ਰੋਬਲਮ ਆ ਨੇ ਵੀਰੇ ਅਪਗ੍ਰੇਡ ਹੋਣਾ ਤੇ ਸਕੂਲ ਨੂੰ ਅਪਗ੍ਰੇਡ ਮੁਤਾਬਕ ਪੋਸਟ ਆ ਜਾਣੀਆਂ ਕਿ ਸਭ ਕੁਝ ਮਸਲਾ ਹੱਲ ਹੋ ਗਿਆ ਨਾ ਇਹ ਨਹੀਂ ਹੋਇਆ ਪੋਸਟ ਨਹੀਂ ਆਏ ਆ ਟੀਚਰ ਨਹੀਂ ਆਏ ਹਜੇ ਜੇ ਟੀਚਰ ਪੂਰੇ ਹੋਣ ਤਾਂ ਪਿੰਡ ਦੇ ਜਵਾਕ ਬਾਹਰ ਕਿਉਂ ਜਾਣ ਉਰੀ ਨਾ ਪੜ੍ਹਨਾ ਇਹ ਮੇਨ ਮਸਲੇ ਨੇ ਵੀ ਟੀਚਰ ਪੰਜਾਬ ਦੀ ਸੱਤਾ ਤੁਸੀਂ ਕਿਹਨੂੰ ਚਾਹੁੰਦੇ ਹੋਗੇ ਅਸੀਂ ਤਾਂ ਝਾੜੂ ਨੂੰ ਚਾਹੁੰਦੇ ਹਾਂ ਤੁਹਾਨੂੰ ਲੱਗਦਾ ਵੀ ਜੇ ਝਾੜੂ ਵਾਲੇ ਜਿਹੜੇ ਮਸਲੇ ਆ ਉਲਝੇ ਪਏ ਨੇ ਹਨਾ ਵੀ ਇਹ ਹੱਲ ਹੋ ਜਾਣਗੇ ਬਾਈ ਹੱਲ ਹੋਣਗੇ ਜੇ ਨਾ ਵੀ ਹੋਏ ਕੋਈ ਦੁੱਖ ਨਹੀਂ ਹੋਊ 70 ਸਾਲ ਇਹਨਾਂ ਨੇ ਖਾ ਲਿਆ ਯਾਰ ਜੇ 5 ਸਾਲ ਇਹ ਕੁਛ ਕਰ ਲੈਣ ਨਹੀਂ ਕਰਨਗੇ ਫਿਰ ਕਿੱਡੀ ਕੁ ਗੱਲ ਆ ਕਿਹੜਾ ਬਦਲਾਅ ਤਾਂ ਦੇਖ ਲੈਣ ਲੋਕ ਭਗਵੰਤ ਮਾਨ ਦੀ ਕਾਰਗਰ ਖੁਸ਼ ਹੋ ਹਾਂ ਫੁੱਲ ਕੀ ਨਾਮ ਹੈ ਹਕਨਕ ਹੈ ਹਕਨਕ ਅੱਛਾ ਵੋਟ ਬਣ ਗਈ ਹਾਂ ਪਹਿਲੀ ਵਾਰ ਬਣੀ ਹੈ ਕਿਹਨੂੰ ਮੁੱਖ ਮੰਤਰੀ ਬਣਾਵੇਂਗਾ ਹਕਨਾਨ ਨੂੰ ਹੈ ਵਧੀਆ ਲੱਗਦਾ ਹੈ ਹਾਂ ਹੈ ਉਹਨੂੰ ਕਹਿ ਦੇ ਵੀ ਜਿਹੜਾ ਕੈਂਡੀਡੇਟ ਆਇਆ ਸੀ ਹੁਣ ਵੀ ਮੈਨੂੰ ਮਿਲ ਕੇ ਜਾਇਓ ਭਗਵੰਤ ਮਾਨ ਆਇਆ ਹਾਂ ਭਾਈ ਕੀ ਪਸੌਰ ਦੇ ਲੋਕਾਂ ਨਾਲ ਗੱਲਬਾਤ ਹੋਈ ਬਹੁਤ ਸਾਰੇ ਲੋਕਾਂ ਦੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਇਹ ਚੁੰਝੇ ਚਰਚਾਵਾਂ ਨੇ ਇਹਨਾਂ ਖੁੰਡਾਂ 'ਤੇ ਬੈਠ ਕੇ ਲੋਕ ਗੱਲਾਂ ਤਾਂ ਕਰਦੇ ਨੇ ਬਹੁਤ ਸਾਰੇ ਲੋਕ ਬੋਲਣਾ ਨਹੀਂ ਚਾਹੁੰਦੇ ਪਰ ਬਹੁਤ ਸਾਰੇ ਲੋਕ ਬੋਲਦੇ ਵੀ ਨੇ ਅਤੇ ਇਹੀ ਵਿਚਾਰ ਜਾਣਨ ਦੇ ਲਈ ਅਸੀਂ ਇਹਨਾਂ ਪਿੰਡਾਂ ਦੇ
किनू एम एल ए बनाते हैं तो पंजाब की सत्ता से कब्जा किनू दवाते हैं। सो देखना होगा, बने रहो सरलेख के नाल।